ਬੋਲੋ ਕੈਬਰ ਫਤਹ ਹੋਇਆ ਤੇ ਖੈਬਰ ਦਾ ਦਰਵਾਜ਼ਾ ਯਾਦ ਰੱਖੋ 60 ਗਜ਼ ਚੌੜਾ ਤੇ 120 ਗਜ਼ ਲੰਬਾ ਸੀ ਕਿੰਨਾ 120 ਫੁੱਟ ਲੰਬਾ 60 ਗਜ਼ ਚੌੜਾ ਤੇ ਮੋਰੇ ਦੀ ਪੁਸ਼ਾ ਸ਼ੇਰੇ ਖੁਦਾ ਨੇ ਇੱਕ ਹੱਥ ਨਾਲ ਖੈਬਰ ਦੇ ਦਰਵਾਜ਼ੇ ਨੂੰ ਫੜਿਆ ਕਿਹਦੇ ਹੱਥ ਨਾਲ ਇੱਕ ਹੱਥ ਨਾਲ ਖੈਬਰ ਦੇ ਦਰਵਾਜ਼ੇ ਨੂੰ ਫੜਿਆ ਇੱਕ ਹੱਥ ਚਾਪ ਦੀ ਜ਼ੁਲਫਕਾਰ ਸੀ ਜਿਹੜੀ 70 ਗਜ਼ ਲੰਬੀ ਹੋ ਜਾਂਦੀ ਸੀ ਪਰ ਇਸ ਗੱਲ ਦੀ ਸਮਝ ਨਹੀਂ ਆਈ चुकना चाहगा सीधा करेगा चुक नहीं सकूंगा क्यों कि बेशक खुदा वजन थोड़ा है लेकिन वो साख्त के हिसाब से बनावट के हिसाब से मेरे जिस्म से थोड़ी ज्यादा है एक बंदा है पत्थर पे है मन का पत्थर चुक लेगा कि नहीं चुक लेगा बोलो चुक लेगा ना बंदा कई कई बाबे ऐसे जन मन मन की बोली चुकते सन चुकते हैं कि नहीं सन चुकते उन मन में सोफा नहीं है या मन नहीं है तो वजन ना लेकिन अगर मैं कहूं एक हाथ से चुक कर चुक सकेगा बोलो ना ਕਿੰਨਾ ਮਰਜ਼ੀ ਭਲਵਾਨ ਹੋਏ ਇੱਕ ਹੱਥ ਨਾਲ ਸੋਫਾ ਚੁੱਕ ਸਕਦਾ ਨਹੀਂ ਚੁੱਕ ਸਕਦਾ ਕਿਉਂਕਿ ਐਸੀ ਸਾਖ ਇਨਸਾਨ ਦੇ ਜਿਸਮ ਦੇ ਮੁਤਾਬਕ ਨਹੀਂ ਬਣਦਾ ਐਸੀ ਸਾਖ ਇਨਸਾਨ ਦੇ ਜਿਸਮ ਨਾਲੋਂ ਜ਼ਿਆਦਾ ਹੈ ਜਿਹੜੀ ਢਾਲ ਹੁੰਦੀ ਹੈ ਢਾਲ ਜਿੱਦੇ ਨਾਲ ਜੰਗ ਦੇ ਦੌਰਾਨ ਢਾਲ ਇਸਤੇਮਾਲ ਕੀਤੀ ਜਾਂਦੀ ਹੈ ਜਿੰਨੀ ਮਰਜ਼ੀ ਵਜ਼ਨ ਦੀ ਹੋਵੇ ਲੇਕਿਨ ਇਨਸਾਨ ਦੀ ਸਾਖ ਦੇ ਮੁਤਾਬਕ ਬੰਦੀ ਜਿਹੜੀ ਛੋਟੀ ਬਣਦੀ ਹੈ ਕੀ ਬੰਦੀ ਬੋਲੋ ਛੋਟੀ ਬੰਦੀ ਤਾਂ ਕਿ ਇਨਸਾਨ ਆਰਾਮ ਨਾਲ ਨੂੰ ਇੱਧਰ ਉੱਧਰ ਕਰ ਸਕੇ ਹੁਣ ਇਸ ਗੱਲ ਦੀ ਸਮਝ ਨਹੀਂ ਆਈ ਕਿ 60 ਗਜ਼ ਦਰਵਾਜ਼ੇ ਦੀ ਖਾਨ चुक लिया जब कोई मरदा ना तो उमरे फारूक मरते ने कौन मरते ने हजरत उमरे फारूक मरते ने क्या हुआ कि जब बोलिया नहीं मुर्तजा शेरे खुदा कुल परवरदिगार ने हैबर का दरवाजा पकड़ा ना तो पकड़ कर उठाया तो अली हर उमरे फारूक पुकार कर कहने लगे उम्मीद रहो उम्मीद रहो उम्मीद रहो जब सहाबा जमा हुए अल्लाह हुजूर वाजरा क्या है फरमाने लगे कि देखो सहाबा सामने देखो कि अली को जिसको हम सबसे छोटा समझते थे आज अली इस कदर बड़ा हो चुका है कि हैबर का दरवाजा छोटा लग रहा है दरवाजा छोटा लगता सी अली का कद वड्डा लगता ਜਿਸ ਅਲੀ ਦਾ ਕੱਦ ਹੈ ਪਰ ਦਿਨ ਐਡਾ ਵੱਡਾ ਹੋ ਜੇ ਤੇ ਕਾਬੇ ਚ ਬੁੱਤ ਤੋੜਨ ਦੀ ਵਾਰੀ ਇਹਦੇ ਹੱਥ ਨਾਲ ਲਾ ਨਹੀਂ ਸਕਦਾ ਲਾ ਸਕਦਾ ਸੀ ਪਰ ਲਾਇਆ ਕਿਉਂ ਮੇਰੇ ਕਮਰੇ ਵਿੱਚ ਸਰਕਾਰ ਨੇ ਕੰਧੇ ਵੀ ਕਿਉਂ ਬਿਠਾਇਆ ਉਹ ਐਸਾ ਤਾਂ ਬਣਾਇਆ ਕਿ ਲੋਕਾਂ ਨੂੰ ਦੱਸਣਾ ਹੈ ਕਿ ਦੋਸਤੋ ਯਾਦ ਰੱਖੋ ਅੱਜ ਤੋਂ ਬਾਅਦ ਨਬੂਆ ਦਾ ਬੂਆ ਬੰਦ ਹੋ ਗਿਆ ਬਲਾਇ ਦਾ ਖੁੱਲ ਗਿਆ ਹੈ ਅੱਜ ਤੋਂ ਬਾਅਦ ਜੇ ਕਿਸੇ ਨੇ ਮੇਰੇ ਕੋਲ ਆਣੇ ਤੇ ਪਹਿਲੇ ਅਲੀ ਦੇ ਦਰ ਤੇ ਚੁੱਕੇ ਸਹਾਬਾ ਨਾਲ ਪਿਆਰ ਕਰ ਇਸ਼ਕ ਕਰੇ ਤੇ ਹੈ ਮੇਰੀ ਬਾਤ ਦਾ ਚਾਹਤ ਹੋਵੇ ਕਿ ਫਿਰ ਕਾਮਯਾਬੀ ਇਹ ਜਿਸ ਦਾ ਖੁਦਾ ਮੇਰੀ ਸਰਕਾਰ ਦੇ ਪੈਰ ਦਬਾਏ ਨੇ ਗੁਲਾਮੀ ਕੀਤੀ ਹੈ ਕੱਪੜੇ ਧੋਤੇ ਨੇ 10 ਸਾਲ ਆਪ ਫਰਮਾਉਂਦੇ ਨੇ ਕਿ ਜਿਸ ਦਾ ਮੈਂ ਕਿਚਨ ਦਾ ਕੰਮ ਕਰਦਾ ਸਾਂ ਤੇ ਪੋੜੇ ਧੋਦਾ ਕੱਪੜੇ ਧੋਦਾ ਬਰਤਨ ਸਾਫ਼ ਕਰਦਾ ਫਰਮਾਉਂਦੇ ਕਿ ਜਿਹੜਾ ਪੋੜਾ ਸੀ ਜਿਸ ਦਾ ਮੇਰੀ ਕਮਲ ਨੇ ਸਰਕਾਰ ਰੋਟੀ ਖਾਣ ਤੋਂ ਬਾਅਦ ਹੱਥ ਸਾਫ਼ ਕਰਦੇ ਸਨ ਆਪ ਫਰਮਾਉਂਦੇ ਮੈਂ ਧੋਦਾ ਹੀ ਸਾਂ ਸਵਾ ਪੁੱਤੇ ਕੀ ਕਰਦੇ ਸੋ ਆਪ ਫਰਮਾਉਂਦੇ ਕਿ ਮੈਂ ਕੱਪੜੇ ਨੂੰ ਫੱਡਾ ਚਿੱਟੇ ਰੰਗ ਦਾ ਕੱਪੜਾ ਹੁੰਦਾ ਜਿਸ ਦਾ ਮਤਲਬ ਆਪ ਸਾਨੂੰ ਵਾਲੇ ਹੱਥ ਨੂੰ ਦੇ ਸਾਫ਼ ਕਰਦੇ ਧੋ ਕੇ ਆਪ ਫਰਮਾਉਂਦੇ ਮੈਂ ਫੜਦਾ ਤਾਂ ਫੜ ਕੇ ਅੱਗ ਵਾਲੇ ਤੰਦੂਰ ਵਿੱਚ ਸੁੱਟ ਸਕਦਾ ਕਿੱਦਾਂ ਸੁੱਟਦਾ ਬੋਲੋ ਅੱਗ ਵਾਲੇ ਤੰਦੂਰ ਵਿੱਚ ਸੁੱਟਦਾ ਇੱਕੋ ਘੱਟ ਕਰੋ ਅੱਗ ਵਾਲੇ ਤੰਦੂਰ ਵਿੱਚ ਸੁੱਟਦਾ ਜਿਸਮ ਅੱਗ ਵਾਲੇ ਤੰਦੂਰ ਵਿੱਚ ਸੁੱਟਦਾ ਨਾ ਆਪ ਫਰਮਾਉਂਦੇ ਕਿ ਮੈਂ ਤੰਦੂਰ ਵਿੱਚ ਜਿਸਮ ਕੱਢਦਾ ਤੇ ਜਿੰਨੇ ਵੀ ਉੱਤੇ ਲੱਗੇ ਹੁੰਦੇ ਨਾ ਦਾਗ ਉਹ ਸਾਰੇ
جنگ ختم ہو کے اندر چٹا کپڑا کھورا باہر نکل آتا سبحان اللہ کیوں وہ اس واسطے کہ میرے قبر میں سرکار دے ہاتھ جس کپڑے نو لگے اونوں تنور دی اگ کیویں لگ سکتی سی تنور دی اگ کیویں لگ سکتی سی تے جے قبر میں سرکار دے ہاتھ پورے نو لگے تے پورے نو تنور دی اگ نہ لگے تے جس بوتوں نو سرکار آپ تھنے سٹ دے اونوں اگ کیویں لگے سی میرے قبر میں سرکار نے تو ایسا تے آپ نہ ٹائے اج لوگ کہندے جی سرکار نے خود کو نہیں تھگرایا اج نو مرتضیٰ نسبت کافی بکواس کر دے اور بدبخت جڑے نال رکھے نا انہوں نے اگ کیویں لگ سکتی ہے بے شک